ਯਾਰਾਂ ਨੇ ਕਿੱਲ ਕੱਢ ਕੇ ਚਿਪ ਕੱਢ ਕੇ ਕੀਤੀ ਠੋਕ ਵਜਾ ਕੇ ਤਸੱਲੀ ਵਾਲੀ ਜੱਟ ਮਿੱਤਰੋ ਰਾਜੇ ਖੇਲੇ ਅੱਗ ਦਾ ਵੀ ਸਿਰਾਤ ਹੋ ਗਿਆ। ਖੇਡ ਮੈਦਾਨ ਦੇ ਅੰਦਰ ਇਹ ਅਣਖੀ ਪੁੱਤਰ ਲਾਡਲਾ ਤਾਂ ਇਹ ਧਰਤੀ ਦਾ ਬਾਣ ਇਹ ਸ਼ਿਮਲਾ ਪਿਓ ਦੀ ਪੱਗ ਦਾ ਤਾਂ ਇਹ ਮਾਂ ਦੇ ਸਿਰ ਦੀ ਸ਼ਾਨ ਪੁੱਤ ਜੰਮਿਆ ਮਾਂ ਨੇ। ਓਪੋ ਦਾ ਮੋਬਾਈਲ ਕਿਸੇ ਵੀਰ ਦਾ ਗਿਰਿਆ ਤੇ ਸਟੇਜ ਤੋੜ ਕੇ ਲਿਜਾ ਸਕਦਾ ਮਿਹਰਬਾਨੀ ਓਪੋ ਦਾ ਮੋਬਾਈਲ। ਆਹ ਪੁਆਇੰਟ ਕਹਿੰਦੇ ਮੁਬੱਸ਼ਰ ਸ਼ਾਰਨ ਦਾ ਛੇ ਪੁਆਇੰਟ ਔਰ ਦੂਸਰੇ ਵੀਰ ਦਾ ਕਹਿੰਦੇ ਵਸੀਮ ਨੇ ਦੋਨੇ ਵੀਰੇ ਤੇ ਤਕੜੀਆਂ ਕਬੱਡੀਆਂ ਪਾ ਰਹੇ ਦੋ ਦਿਨ ਤੋਂ ਤਾਈਓ ਤੇ ਜੱਗ ਸਾਰਾ ਇਹਦੀ ਖੇਡ ਉੱਤੇ ਮਰਦਾ। ਇਸ ਸਮੇਂ 100 ਚੱਕ ਤੇ ਕਰੋੜ ਫਤਿਹਪੁਰ ਰੋਡ ਦੀ ਧਰਤੀ ਔਰ ਸਦਕੇ ਔਰ ਚਾਚੇ ਕਜੂਬ ਗਿੱਦੜ ਦਾ ਪੁੱਤਰ ਦੇ ਨਹੀਂ ਪਹਿਲੇ ਦੂਜੇ ਨਾਮ ਕਦੇ ਸੌਖੇ ਮਿਲਦੇ ਨਹੀਂ। ਲਓ ਜੀ ਪਹਿਲੀ ਕਬੱਡੀ ਖੇਡ ਮੈਦਾਨ ਦੇ ਅੰਦਰ ਮਸ਼ੀਨ ਦੀ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਅੰਦਰ ਆਓ ਦੇਖ ਲੱਗਾ ਸਨੀ ਇਸ ਸਮੇਂ ਆਓ ਪੁਆਇੰਟ ਦੇ ਆਓ ਸਦਕਿਆ ਤੇਰੀਆਂ ਬ੍ਰੇਕਾਂ ਆਓ ਤਾੜੀ ਮਾਰੋ ਪੁਆਇੰਟ ਇਸ ਸਮੇਂ ਵਸੀਮ ਦਾ ਔਰ ਪਹਿਲੀ ਕਬੱਡੀ ਅਬੂ ਜ਼ਰ ਖੇਡ ਮੈਦਾਨ ਦੇ ਅੰਦਰ ਇਹ ਪੂਰੇ ਟੂਰਨਾਮੈਂਟ ਦੇ ਵਿੱਚ ਨਾਨ ਸਟਾਪ ਕਬੱਡੀਆਂ ਇਸ ਸਮੇਂ 17 ਅੱਡੇ ਦੀ ਧਰਤੀ ਔਰ ਜ਼ਿਲ੍ਹਾ ਪੱਖਰ ਔਰ ਕਿਹਦੇ ਨਾਲ ਹੋਏਗੀ ਟੱਕਰ ਔਰ ਦੇਖ ਮੌਜ ਨਾਲ ਹੋਈ ਹੈ ਟੱਕਰ ਔਰ ਪੁਆਇੰਟ ਅਬੂ ਜ਼ਰ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਦੋ ਇੱਕ ਇੱਕ ਪੁਆਇੰਟ ਔਰ ਸਦਕੇ ਕਹਿੰਦੇ ਮੁਬੱਸ਼ਰ ਸ਼ਾਰਾ ਔਰ ਸਾਹਮਣੇ ਖੁਵੈਬ ਕੁੰਮਣ ਨਾਲ ਹੋਈ ਹੈ ਟੱਕਰ ਔਰ ਪੁਆਇੰਟ ਕਹਿੰਦੇ ਮੁਬੱਸ਼ਰ ਸ਼ਾਰਨ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਇੱਧਰੋਂ ਫਿਰ ਪਾਏਗਾ ਕਬੱਡੀ ਔਰ ਬਾਲੀ ਗੁੱਜਰ ਖੇਡ ਮੈਦਾਨ ਦੇ ਅੰਦਰ ਇਹ ਅਣਖੀ ਪੁੱਤਰ ਲਾਡਲਾ ਤਾਂ ਇਹ ਧਰਤੀ ਦਾ ਮਾਣ ਇਹ ਸ਼ਿਮਲਾ ਪਿਓ ਦੀ ਪੱਗ ਦਾ ਤਾਂ ਇਹ ਮਾਂ ਦੇ ਸਿਰ ਦੀ ਸ਼ਾਨ ਪੁੱਤ ਜੰਮਿਆ ਮਾਂ ਨੇ ਸੂਰਮਾ ਜਿਹਦੀ ਸਭ ਤੋਂ ਵੱਖਰੀ ਦੱਖ ਇਹ ਕੱਲਾ ਵੀ ਵਿੱਚ ਮੈਦਾਨੇ ਜਾਪਦਾ ਜੀਵੇ ਹੋਵੇ ਲੱਖ ਨਵਾਜ਼ ਬਾਦੇ ਦਾ ਛਿੰਦਾ ਆ ਗਿਆ ਵਸੀਮ ਦਾ ਵੀਰ ਕਿ ਰੱਬਾ ਤੋਂ ਪੁੱਤ ਮੈਨੂੰ ਦੇਵੀ ਇੱਕ ਮੁੰਛੀ ਤੇ ਇੱਕ ਪਟਵਾਰੀ ਉਹ ਦੇਖ ਲੱਗਾ ਹੀ ਸਨੀ ਗੁੱਟ ਫੜਿਆ ਕਿ ਭਰੇ ਮੇਲੇ ਵਿੱਚ ਜਿਹਨੇ ਫੜੀ ਮੇਰੀ ਬਾਂਹ ਨੀ ਬਾਂਹ ਮੇਰੀ ਕਰੇ ਸਾਂ ਸਾਂ ਦੱਸ ਭਾਬੀ ਇਹ ਨੀ ਮੁੰਡਾ ਕਿਹੜੇ ਪਿੰਡ ਦਾ ਇਸ ਸਮੇਂ ਪੁਆਇੰਟ ਆਪਣੀ ਟੀਮ 95 ਦੀ ਧਰਤੀ ਦੇ ਹਿੱਸੇ ਜੋੜਦਾ ਹੋਇਆ ਇੱਧਰੋਂ ਫਿਰ ਕਬੱਡਰ ਦਾ ਨਾਂ ਇਸ ਸਮੇਂ ਦਰਿਆਪ ਗੁੱਜਰ ਔਰ 100 ਚੱਕ ਦੀ ਧਰਤੀ ਔਰ ਫਲੋਰ ਸੈਂਟਰ ਨਾਲ ਵਾਸਤਾ ਔਰ ਉਸਤਾਦ ਆਸਫ ਚੱਕ ਤੋਂ ਕੀਤੀਆਂ ਟ੍ਰੇਨਿੰਗਾਂ ਔਰ ਸਦਕੇ ਔਰ ਪੁਆਇੰਟ ਕਹਿੰਦੇ ਬਾਈ ਜੀ ਅਗਰ ਓਪੋ ਦਾ ਮੋਬਾਈਲ ਕਿਸੇ ਵੀਰ ਦਾ ਗਿਰਿਆ ਤੇ ਸਟੇਜ ਤੋੜ ਕੇ ਲਿਜਾ ਸਕਦਾ ਮਿਹਰਬਾਨੀ ਓਪੋ ਦਾ ਮੋਬਾਈਲ ਔਰ ਪੁਆਇੰਟ ਕਹਿੰਦੇ ਵਸੀਮ ਦਾ ਔਰ 3-4 ਦਾ ਚੱਲਦਾ ਹੈ ਲਾਈਵ ਮੈਚ ਔਰ ਫਿਰ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਅੰਦਰ ਅਫੂਜ਼ਰ ਜਾਫਰੀ ਖੇਡ ਮੈਦਾਨ ਦੇ ਅੰਦਰ ਸਦਕੇ ਆਓ ਫਿਰ ਪੁਆਇੰਟ ਕਹਿੰਦੇ ਆਪਣੀ ਟੀਮ ਦੇ ਸਜੜਿਆ ਤਾੜੀ ਮਾਰੋ ਯਾਰ ਚੱਲ ਵੀ ਆ ਗਿਆ ਫਿਰ ਮੁਬੱਸ਼ਰ ਖੇਡ ਮੈਦਾਨ ਦੇ ਅੰਦਰ ਇੱਕ ਕੰਨੀ ਦੇ ਉੱਤੇ ਅੰਸਰ ਦੂਸਰੀ ਕੰਨੀ ਸਨੀ ਆਓ ਦੇਖ ਲੱਗੇ ਘੁੰਮਣਾ ਦਾ ਪੁੱਤਰ ਆਓ ਸਦਕੇ ਪੁਆਇੰਟ ਆਪਣੀ ਟੀਮ 95 ਐਮਐਲ ਦੇ ਖਾਤੇ ਇੱਧਰ ਫਿਰ ਕਹਿੰਦੇ ਕਬੱਡਰ ਦਾ ਨਾਂ
ਇਸ ਸਮੇਂ ਬਾਲੀ ਪੁੱਤਰ ਮੋਹਰੇ ਚਾਰ ਜਾਫੀ ਕਹਿੰਦੇ ਇਹਦੇ ਪਿੰਡ ਦੇ ਕਿ ਇੱਥੇ ਕੋਈ ਕਿਸੇ ਦਾ ਕਰਦਾ ਨਹੀਂ, ਇੱਥੇ ਕੋਈ ਕਿਸੇ ਦੇ ਮਰਦਾ ਨਹੀਂ। ਸ਼ਾਨੀ ਪੁੱਤਰ ਜੀ ਉਹੀ ਢਾਂਡਾ ਲੈਂਕਾ ਨੂੰ ਜਿਹੜਾ ਭੇਤੀ ਹੁੰਦਾ ਕਰਦਾ ਨੀ। ਉਹ ਕਪੱਟਰ ਇਸ ਸਮੇਂ ਬਾਲੀ ਇਹ ਉਹ ਮੁੰਡਾ ਜਿਹਨੇ 75 ਲੋਕਾਂ ਦੇ ਵਿੱਚ ਟ੍ਰੇਨ ਕੀਤੀ ਔਰ ਸਾਂਗਲੇ ਹਿਲ ਤੱਕ ਤੇ ਸ਼ਾਹਕੋਟ ਤੱਕ ਧੂਰਾ ਪੱਟੀਆਂ ਸਕੱਪੂ ਨੇ ਪੁਆਇੰਟ ਆਪਣੀ ਧਰਤੀ ਦੇ ਖਾਤੇ ਜੋੜਿਆ। ਇੱਥੋਂ ਫਿਰ ਕਮੱਡਰ ਉਹ ਕੀਤਾ ਟੱਚ ਉਹ ਸਦਕੇ ਉਹ ਬੱਲੇ 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 ਉਹ ਫਿਰ ਪੁਆਇੰਟ 90 ਦੇ ਹਿੱਸੇ 7-4 ਔਰ ਫਿਰ ਪਈ ਹੋਈ ਕਬੱਡੀ ਔਰ ਦਰਿਆਬ ਕੁੱਚਰ ਖੇਡ ਮੈਦਾਨ ਦੇ ਅੰਦਰ ਹੱਸਦੇ ਆ ਜਾ ਰਹਿੰਦਾ ਨਖਰੇ ਜੇ ਕਰਦਾ ਤਾਈਓ ਤੇ ਜੱਗ ਸਾਰਾ ਇਹਦੀ ਖੇਡ ਤੇ ਮਰਦਾ। ਇਸ ਸਮੇਂ 100 ਚੱਕ 1 ਕਰੋੜ ਫਤਿਹਪੁਰ ਰੋਡ ਦੀ ਧਰਤੀ ਔਰ ਸਦਕੇ ਔਰ ਚਾਚੇ ਕਜੂਮ ਗਿੱਦੜ ਦਾ ਪੁੱਤਰ ਪੁਆਇੰਟ ਦਾ ਕੀਤਾ ਵਾਧਾ ਆਪਣੀ ਟੀਮ ਵਾਸਤੇ 8-4 ਇੱਧਰੋਂ ਫਿਰ ਕਮੱਡਰ ਔਰ ਕਹਿੰਦੇ ਮੋਰੇ ਸਨੀ ਅੱਗਿਓਂ ਜਾਫੀ ਸਭ ਤੋਂ ਖਤਰਨਾਕ ਔਰ ਜੱਫਿਆਂ ਦਾ ਪੈਕੇਜ ਲਾਉਣ ਵਾਲਾ ਜਾਫੀ ਲੱਗਾ ਔਰ ਪਰ ਦੇਖਦੇ ਆ ਪੁਆਇੰਟ ਵਸੀਮ ਦਾ ਲਓ ਜੀ ਫਿਰ ਕਬੱਡੀ ਪਾਏਗਾ ਅੱਪੂ ਸਰ ਜਾਫਰੀ ਖੇਡ ਮੈਦਾਨ ਦੇ ਅੰਦਰ ਕਿ ਅੱਪੂ ਸਰ ਜਈਆਂ ਪਾਣੀਆਂ ਰੇਡਾਂ ਕਿੰਨੇ ਉਹਨੇ ਧੋਲਾ ਧੱਫੇ ਖਾਣੇ ਇਹਨੂੰ ਡੱਕਣਾ ਜਿੰਨੇ ਵਾਂਗ ਕਮਾਨੋ ਛੁੱਟੇ ਤੀਰ ਦੇ ਵਾਂਗੂ ਹੱਥ ਨਹੀਂ ਆਉਂਦਾ ਜਿਹੜਾ ਇਹਨੂੰ ਹੱਥ ਪਾਉਂਦਾ ਏ ਜਿਗਰਾ ਕਰਕੇ ਪਾਉਂਦਾ ਤਾਰੀ ਮਾਰੋ ਪੁਆਇੰਟ ਦਾ ਕੀਤਾ ਵਾਧਾ ਆਪਣੀ ਟੀਮ ਵਾਸਤੇ ਕੋਈ ਨੀ ਪਾਲੇ ਇਹ ਕੌਡੀ ਦਾ ਹੁਸਨ ਤਕਰਾਰ ਇੰਨਾ ਕੁ ਹੋ ਜਾਂਦਾ ਬਲਾਲ ਢਿੱਲੂ ਰੋਜ਼ ਲੋਕਾਂ ਨੂੰ ਕਰਦਾ ਪਾਲਿਆ ਇਹ ਪੁਆਇੰਟ 9 ਕਹਿੰਦੇ 95 ਦੇ ਔਰ 5 90 ਦੇ ਔਰ ਕਹਿੰਦੇ ਫਿਰ ਪਈ ਹੋਈ ਆ ਕਬੱਡੀ ਹੈਦਰ ਦੀ ਔਰ ਕਹਿੰਦੇ ਵਸੀਮ ਔਰ ਸਦਕੇ ਸਾਰੇ ਜਾਫੀ ਬਾਹਰ ਔਰ ਪੁਆਇੰਟ ਰੇਡਰ ਦਾ ਜਾਫੀਆਂ ਉਹ ਕਹਿੰਦੇ 10-5 ਔਰ ਕਬੱਡਰ ਦਾ ਨਾਮ ਬਾਲੀ ਗੁੱਜਰ ਔਰ ਸਦਕੇ ਕਿ ਸਪਨਾ ਦੀ ਤਕਦੀਰ ਹੈ ਵੇਲਾ ਰਾਖਾਂ ਦੀ ਜਗੀਰ ਹੈ ਵੇਲਾ ਪਾਂਦਾ ਹੈ ਜਦ ਭੰਡੀ ਕਿਧਰੇ ਕਰਦਾ ਲੀਰੋ ਲੀਰ ਹੈ ਵੇਲਾ ਪੱਟੀ ਪੱਗ ਦਾ ਮਾਣ ਕਰੀਨਾ ਪੱਕਾ ਛੱਡਦਾ ਜੀਰ ਹੈ ਵੇਲਾ ਵੇਲੇ ਦੇ ਜੀ ਨੂੰ ਕਦਰ ਜਾਣੇ ਮਾਪੇ ਮੁਰਸ਼ਦ ਕੀ ਹੈ ਵੇਲਾ ਸਪਨਾ ਦੀ ਤਕਦੀਰ ਹੈ ਵੇਲਾ ਰਾਠਾਂ ਦੀ ਜਗੀਰ ਹੈ ਵੇਲਾ 11-5 ਜਿਹੜੀ ਤੂੰ ਖੇਡੀ ਜਾਣਾ ਉਹੀ ਹੈਗੀ ਇੱਧਰੋਂ ਫਿਰ ਪਾਏਗਾ ਕਬੱਡੀ ਦਰਿਆਬ ਕੁੱਚਰ ਖੇਡ ਮੈਦਾਨ ਦੇ ਅੰਦਰ ਕਿ ਚੁੱਸਿਆਂ ਨੂੰ ਕਰਨਾ ਸਿਖਾਉਂਦੀ ਹੈ ਕਬੱਡੀ ਕੱਲ ਕੱਲ ਤੇ ਅਰਨਾ ਸਿਖਾਉਂਦੀ ਹੈ ਕਬੱਡੀ
ਕਣਕਾਂ ਦੀ ਖੇਡ ਹੈ ਪਾਰਸ ਗਰਾਉਂਡ ਦੇ ਵਿੱਚ ਸਿੱਖਿਆ ਸਿਖਾਉਂਦੀ ਹੈ ਕਬੱਡੀ ਦੇਖ ਆਜ਼ਾਦੀ ਲੱਗਾ ਪੁਆਇੰਟ ਜ਼ਰਿਆ ਪੁੱਚਰ ਆਪਣੀ ਧਰਤੀ ਦੇ ਖਾਤੇ ਜੋੜਦਾ ਹੈ ਆ ਗਿਆ ਫਿਰ ਵਿੱਚ ਮੈਦਾਨੇ ਮੁਬੱਸ਼ਰ ਸ਼ੌਰਨ ਖੇਡ ਮੈਦਾਨ ਦੇ ਅੰਦਰ ਆ ਮੋਰੇ ਕਹਿੰਦੇ ਸਨੀ ਆਓ ਦੇਖ ਆ ਪੁਆਇੰਟ ਕਹਿੰਦੇ ਮੁਬੱਸ਼ਰ ਸ਼ੌਰਨ ਦਾ ਛੇ ਬਾਰਾਂ ਆ ਫਿਰ ਆ ਸਦਕਿਆ ਡਾਕਟਰ ਔਰ ਅੱਗੇ ਵੀ ਕਹਿੰਦੇ ਆਓ ਦੇਖ ਲੱਗਾ ਹੀ ਇਸ ਸਮੇਂ ਖਤਰਨਾਕ ਜਾਫੀ ਇਹ ਜਿਹਨੇ ਪਿਛਲੇ ਦੋ ਮੈਚਾਂ ਦੇ ਵਿੱਚ ਜੱਫਿਆਂ ਦਾ ਪੈਕੇਜ ਲਾਇਆ ਪਰ ਕਹਿੰਦੇ ਡਾਕਟਰ ਹਨ ਜਾਂ ਸਦਕੇ ਆ ਡਾਕਟਰ ਦੇ ਰਹੀਆਂ ਡਾਜ਼ਾਂ ਆ ਤਾੜੀ ਮਾਰੋ ਡਾਕਟਰ ਵਾਸਤੇ ਸਦਕੇ ਆਓ ਆਹ ਮਾਰੀ ਪੱਟਾ ਦੇ ਥਾਪੀ ਕਿ ਸਾਨੂੰ ਮਾਣ ਹੈ ਆਪਣੇ ਅਡੋਲਿਆਂ ਤੇ ਅਸਾਂ ਡੱਕਦੇ ਯਾਰ ਹਵਾਵਾਂ ਨੂੰ ਸਾਡੇ ਤੇ ਮਿਹਰ ਹੈ ਮੌਲਾ ਦੀ ਅਸੀਂ ਟੇਕਦੇ ਮੱਥਾ ਮਾਵਾਂ ਨੂੰ ਪੁਆਇੰਟ ਵਸੀਮ ਦਾ ਇੱਧਰੋਂ ਫਿਰ ਕਬੱਡਰ ਦਾ ਨਾਮ ਬਾਲੀ ਕੁੱਚਰ ਇਹ ਜਿਹਨੂੰ ਇਹਦੀਆਂ ਕਬੱਡੀਆਂ ਪਸੰਦ ਆ ਤਾੜੀ ਮਾਰੋ ਇਹ ਮੁੰਡਾ ਜਿਹੜਾ ਜ਼ਿਲ੍ਹੇ ਫੈਸਲਾਬਾਦ ਦੇ ਵਿੱਚ ਵੀ ਇਹ ਲਈਏ ਦੀ ਧਰਤੀ ਦਾ ਸ਼ਿਮਲਾ ਉੱਚਾ ਕਰਦਾ ਔਰ ਨਵਾਜ਼ ਬਾਜੇ ਦਾ ਸ਼ੇਰ ਛਾਤੀ ਗੁੱਜਰ ਔਰ ਕਲੀਮ ਗੁੱਜਰ ਦਾ ਕਹਿੰਦੇ ਵੀਰ ਇੱਕੋ ਹੀ ਔਰ ਸਦਕੇ ਔਰ ਪੁਆਇੰਟ ਕਹਿੰਦੇ ਇਸ ਸਮੇਂ ਆਪਣੀ ਧਰਤੀ ਦੇ ਹਿੱਸੇ ਜੋੜਿਆ ਇਹ 14-7 ਔਰ ਕਬੱਡਰ ਦਾ ਨਾਮ ਕਹਿੰਦੇ ਹੈਦਰ ਔਰ ਦੂਸਰੇ ਵੀਰ ਦਾ ਨਾਮ ਕਹਿੰਦੇ ਵਸੀਮ ਤੇ ਦੋਨੇ ਵੀਰੇ ਇਹ ਤਕੜੀਆਂ ਕਬੱਡੀਆਂ ਪਾ ਰਹੇ ਦੋ ਦਿਨ ਤੋਂ ਔਰ ਪੁਆਇੰਟ ਕਹਿੰਦੇ ਹੈਦਰ ਦੇ ਹਿੱਸੇ ਇੱਧਰੋਂ ਫਿਰ ਕਹਿੰਦੇ ਕਬੱਡਰ ਦਾ ਨਾਂ ਅਬੂਜ਼ਰ ਜਾਫਰੀ ਤੇ 17 ਅੱਡੇ ਦੀ ਧਰਤੀ ਕਲਹਿਰੀ ਮੋੜ ਬਣਿਆ ਹੋਇਆ ਤੇ ਪੁੱਤ ਭਲਵਾਨ ਮਾਰੇ ਡੰਡ ਬੈਠਕਾਂ ਪਾਪੂ ਦੀ ਹੈ ਮੁੱਛ ਮੱਲੋ ਮੱਲੀ ਖੜਦੀ ਆ ਗਿਆ ਰੇਡ ਪਾਉਣ ਵਾਸਤੇ ਮੁੰਡਾ ਫਿਰ ਪੋਲੇ ਪੋਲੇ ਸੋਚ ਸੋਚ ਕੇ ਪੱਬ ਧਰਦਾ ਹੈ ਆਹ ਦੇਖਦੇ ਆ ਆਹ ਸਦਕੇ ਦੇਖੀ ਭਾਈ ਕੈਂਚੀ ਪਿੱਛੋਂ ਨਾ ਪਾ ਭਾਈ ਆਖਰੀ ਮੈਚ ਇਹ ਪੁਆਇੰਟ ਰੇਟਰ ਦੇ ਹਿੱਸੇ ਇਹ 9-15 ਇੱਧਰੋਂ ਫਿਰ ਪਾਏਗਾ ਕਬੱਡੀ ਆਹ ਸਦਕੇ ਅੱਗਿਓਂ ਵੀ ਗੁੱਜਰ ਇੱਕੋ ਜਿਹੇ ਕੱਦ ਕਾਠ ਇੱਕੋ ਜਿਹੀਆਂ ਜਵਾਨੀਆਂ ਇਸ ਸਮੇਂ ਦੇਖਦੇ ਹਾਂ ਆਹ ਬੱਲੇ ਬੱਲੇ ਵਾਲਾ ਮਾਹੌਲ ਆਹ ਪੁਆਇੰਟ ਕਹਿੰਦੇ 95 ML ਦੀ ਧਰਤੀ ਦੇ ਹਿੱਸੇ ਸੋਲਾਂ 9 ਔਰ ਕਬੱਡਰ ਦਾ ਨਾਂ ਮੁਬੱਸ਼ਰ ਸ਼ੌਰਨ ਔਰ ਤਾੜੀ ਮਾਰੋ ਯਾਰ ਸਰੀ ਵਾਸਤੇ ਔਰ ਸਦਕੇ ਮੁਬੱਸ਼ਰ ਚੂਨਾ ਤੇ ਚੈੱਕ ਕਰ ਕਲਜਾਰੀ ਮੁਬੱਸ਼ਰ ਪੁੱਤ ਆਪਣੇ ਹੱਥ ਦਾ ਚੂਨਾ ਵੀ ਚੈੱਕ ਕਰ ਔਰ ਗੁੱਟ ਦਾ ਚੂਨਾ ਚੈੱਕ ਕਰ ਆਪਣੇ ਦਾ ਪਰ ਪੁਆਇੰਟ ਰੇਡਰ ਦਾ ਔਰ ਸਦਕੇ ਹੋ ਡਾਕਟਰ ਇਹ ਦੇਖਦੇ ਹੁਣ ਡਾਕਟਰ ਕੀ ਬਣੇਗਾ ਇਹ ਜਾਂ ਤੇ ਡਾਕਟਰ ਬਣੇਗਾ ਜਾਂ ਮਰੀਜ਼ ਔਰ ਪੁਆਇੰਟ ਕਹਿੰਦੇ ਡਾਕਟਰ ਦਾ ਇਹ 17-10 ਔਰ ਸਦਕੇ ਔਰ ਦੇਖ ਪੂਰਾ ਮਸਾਲਾ ਦਿੰਦਾ ਹੋਇਆ ਸਨੀ ਔਰ ਪੱਲੇ ਕਿ ਯਾਰਾਂ ਨੇ ਕਿੱਲ ਕੱਢ ਕੇ ਚਿਪ ਕੱਢ ਕੇ ਕੀਤੀ ਠੋਕ ਵਿੱਚ
ਜਾ ਕੇ ਤਸੱਲੀ ਵਾਲੀ ਝੱਟ ਮਿੱਤਰੋ ਅਰਾ ਦੇ ਖੇਲੇ ਅੱਗ ਦਾ ਵੀ ਸਿਰਾਤ ਹੋ ਗਿਆ ਝੜ ਗਈ ਸਰੀਰਾਂ ਵਾਲੀ ਕੰਡ ਮਿੱਤਰੋ 18-10 ਔਰ ਆ ਸਦਕੇ ਤੇ ਹੁਣ ਪਤਾ ਲੱਗਣਾ ਪੁਆਇੰਟ ਕਿਹਦੇ ਹਿੱਸੇ ਕਿ ਖੇਡਣੀ ਹੋਵੇ ਕਬੱਡੀ ਤੇ ਦੁੱਧ ਡੈਰੀਏ ਨਹੀਂ ਪਾਈਦਾ ਕੋ ਮੰਗਦੀਆਂ ਰਾਤਾਂ ਵਿੱਚ ਲੋਕੋ ਨਿੱਕ ਛੱਡਣਾ ਪੈਂਦਾ ਰਜਾਈ ਦਾ ਹਰ ਜੇਠ ਵਿੱਚ ਧੁੱਪ ਦੀ ਸੈਣੀ ਪੈਂਦੀ ਮਾਰ ਮਿੱਤਰੋ ਬਣਨਾ ਸੌਖਾ ਨਹੀਂ ਹੋ ਕਬੱਡੀ ਦਾ ਸਟਾਰ ਮਿੱਤਰੋ ਇੱਕ ਪੁਆਇੰਟ ਹੋਰ ਰੇਡਰ ਦੇ ਹਿੱਸੇ 12-18 ਆ ਸਦਕੇ ਫਿਰ ਦਰਿਆਬ ਇਸ ਸਮੇਂ ਪਈ ਹੋਈ ਦਰਿਆਬ ਦੀ ਕਬੱਡੀ ਇੱਕ ਇਹਦੇ ਨਾਲ ਹੋਏਗੀ ਟੱਕਰ ਆਓ ਫਿਰ ਕੰਨੀ ਤੋਂ ਜਾਫੀ ਨਿਕਲ ਕੇ ਕਰਦਾ ਟਰਾਈ ਆਓ ਪਰ ਪੁਆਇੰਟ ਕਹਿੰਦੇ ਦਰਿਆਬ ਪੁੱਤਰ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਔਰ ਇਸ ਦੇ ਨਾਲ ਹੀ ਫਿਰ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਅੰਦਰ ਜੀ ਇਹ 20 ਪੁਆਇੰਟ ਮੁਕੰਮਲ ਹੋ ਗਏ ਜੀ ਤਾਰੀ ਮਾਰੋ ਇਹ ਮੈਚ 95 MLA ਗੇਨ ਕੀਤਾ ਮਹੱਤਾਂ ਦਾ ਸ਼ੁਕਰੀਆ।